ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ ਹੈ? ਆਈ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ। ਅਤੇ ਗਾਇਸ, ਮੈਂ ਵੀ ਘੈਂਟ ਹਾਂ। ਸੋ ਗਾਇਸ, ਵੈਲਕਮ ਬੈਕ ਟੂ ਨਿਊ ਵਲੋਗ। ਅਤੇ ਗਾਇਸ, ਅੱਜ ਹੈਗਾ ਵਲੋਗ ਦਾ ਪਾਰਟ 2 ਬਾਈਕ ਦੀ ਮੋਡੀਫਿਕੇਸ਼ਨ ਦਾ। ਅੱਜ ਆਪਾਂ ਟਾਇਰ ਲਗਵਾਵਾਂਗੇ ਬਾਈਕ ਵਿੱਚ, ਅਤੇ ਥੋੜ੍ਹੇ ਬਰਨਆਊਟ ਵਗੈਰਾ ਮਾਰਾਂਗੇ, ਦੇਖਦੇ ਹਾਂ ਕੀ ਕਰਨਾ ਹੈ। ਨਾਲ ਅਲੋਇਜ਼ ਦਾ ਪਤਾ ਕਰਨ ਜਾਵਾਂਗੇ, ਅਗਰ ਮਿਲ ਗਏ ਤਾਂ ਫਿਰ ਲਗਵਾ ਵੀ ਲਵਾਂਗੇ। ਅਤੇ ਗਾਇਸ, ਮਿਲਦਾ ਸਾਰਿਆਂ ਨੂੰ ਅੱਗੇ। ਅਤੇ ਪਹਿਲੇ ਤੁਹਾਨੂੰ ਸਾਰਿਆਂ ਨੂੰ ਮਿਲਾਉਂਦੇ ਹਾਂ ਨਾਨੀ ਦੇ ਨਾਲ। ਕਾਫੀ ਟਾਈਮ ਹੋ ਗਿਆ ਨਾਨੀ ਹੋਰਾਂ ਨੂੰ ਵਲੋਗ ਵਿੱਚ ਨਹੀਂ ਲੈ ਕੇ ਆਏ ਨੇ। ਅਤੇ ਗਾਇਸ, ਮਿਲਾਉਂਦੇ ਹਾਂ ਤੁਹਾਨੂੰ ਸਾਰਿਆਂ ਨੂੰ। ਚਲੋ ਚਲਦੇ ਹਾਂ ਅੰਦਰ। ਸੋ ਗਾਇਸ, ਆਏ ਹਾਂ ਨਾਨੀ ਕੋਲ। ਨਾਨੀ, ਕੀ ਹਾਲ ਚਾਲ ਹੈ? ਹੈਲੋ ਗਾਇਸ, ਠੀਕ ਹੈ ਸਭ? ਬਸ ਠੀਕ ਹੈ। ਅੱਛਾ, ਕੁਛ ਕਹਿਣਾ ਚਾਹੋਗੇ? ਅਤੇ ਨਾਨੀ, ਚੱਲੇ ਹਾਂ ਬਾਹਰ, ਅਤੇ ਥੋੜ੍ਹਾ ਬਹੁਤਾ ਜਿਹੜਾ ਮੋਟਰਸਾਈਕਲ ਦਾ ਕੰਮ ਕਰਵਾਉਣਾ ਕਰਵਾਉਂਦੇ ਹਾਂ, ਅਤੇ ਫਿਰ ਆਉਂਦੇ ਹਾਂ ਘਰ। ਠੀਕ ਹੈ? ਠੀਕ ਹੈ, ਓਕੇ। ਗਾਇਸ, ਫਿਲਹਾਲ ਦਾ ਸੀਨ ਇਹ ਹੈ, ਆਪਾਂ ਆਏ ਹਾਂ ਕੁੰਦਨ ਮੋਟਰਸ ਗੁੰਮਟ, ਅਤੇ ਅਲੋਇਜ਼ ਵਗੈਰਾ ਦੀ ਮੇਰੇ ਨਾਲ ਪਹਿਲਾਂ ਹੀ ਕਰਕੇ ਰੱਖੀ ਹੋਈ ਹੈ, ਅਤੇ ਉੱਧਰੋਂ ਮਿਲ ਜਾਣਗੇ ਸਾਨੂੰ ਮਰਸੀਡੀਜ਼ ਅਲੋਇਜ਼। ਅਤੇ ਗਾਇਸ, ਕੰਡੀਸ਼ਨ ਚੈੱਕ ਕਰ ਲਓ ਫਿਲਹਾਲ, ਜੋ ਵੀ ਹੈ ਫਿਲਹਾਲ ਬਾਈਕ ਦੇ ਨੋਰਮਲ ਅਲੋਇਜ਼ ਲੱਗੇ ਹੋਏ ਆ, ਅਤੇ ਹੁਣ ਆਪਾਂ ਜਲਦੀ ਤੋਂ ਜਲਦੀ ਮਰਸੀਡੀਜ਼ ਅਲੋਇਜ਼ ਫਿੱਟ ਕਰਵਾਉਂਦੇ ਹਾਂ ਦੁਬਾਰਾ, ਅਤੇ ਦੇਖਦੇ ਹਾਂ ਗਾਇਸ ਕੀ ਸ਼ੋਪ, ਅਤੇ ਆਪਾਂ ਇਹਨਾਂ ਨਾਲ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਹਾਲ ਚਾਲ ਵੀ ਮਿਲ ਜਾਣਗੇ ਅਲੋਇਜ਼ ਕਰਵਾ ਦਿਓ ਫਿੱਟ। ਆਪਣੇ ਸਪਲੈਂਡਰ ਬਣਾਉਣਾ ਹੈ? ਹਾਂਜੀ ਹਾਂਜੀ। ਕਿੰਨਾ ਟਾਈਮ ਬਣ ਜਾਏਗਾ? ਮੈਂ 2 ਘੰਟੇ ਦੇ ਦਾ ਲਾਈਵ ਵੀ ਸਾਨੂੰ ਹੋਰ ਵੀ 2-10 ਚੀਜ਼ਾਂ ਬਣਾਉਂਦਾ, ਕਾਲੀ ਲਾਈਵ ਪਸੰਦ ਕਰਵਾਓ ਦਿਖਾ। ਭਾਈ, ਇਸ ਮੇਂ ਸਰ ਕੋਈ ਵੀ ਆਪਣਾ ਲਾਈਵ ਕਰ ਸਕਦਾ ਹੈ, ਦੇਖੋ ਇਹ ਖਾਲੀ ਡਿਸਪਲੇ ਮੇਂ ਲਗਾਓ, ਇਸਕੇ ਅਲਾਵਾ ਵੀ ਕੋਈ ਜੋ ਸਟਾਕ ਦਾ ਸਟਾਕ ਹੋਣਾ ਉਹ ਬਣਾਓਗੇ, ਖਾਲੀ ਇੱਕ ਇੱਕ ਚੀਜ਼ ਹੋ ਜਾਏਗਾ ਜੋ ਵੀ ਆਪ ਪਸੰਦ ਕਰੋਗੇ। ਅਭੀ 1-2 ਘੰਟੇ ਮੈਂ ਆਪਕੋ ਲਾਈਵ ਫਿੱਟ ਕਰਕੇ, ਹਾਂਜੀ, ਹੋਰ ਵੀ 10 ਚੀਜ਼ਾਂ ਜੈਸੇ 7 ਮਿੰਟ ਵਗੈਰਾ ਫਿੱਟ ਕਰਕੇ ਆਪਕੋ ਕਰ ਦਿਓ। ਭਾਈ, ਅਸ਼ਨ ਹਮਾਰੇ ਚੈਨਲ ਦਾ ਨਾਮ ਲੈ ਕੇ ਆਣਾ ਤਾਂ ਭਾਈ ਆਪ ਡਿਸਕਾਊਂਟ ਵੀ ਕਰ ਦੇਗੇ, ਠੀਕ ਹੈ ਭਾਈ? ਠੀਕ ਹੈ। ਸੋ ਗਾਇਸ, ਅਲੋਇਜ਼ ਆ ਚੁੱਕੇ ਆ, ਅਲੋਇਜ਼ ਕਰਾਉਂਦੇ ਹਾਂ ਫਟਾਫਟ ਫਿੱਟ, ਅਤੇ ਤੁਹਾਨੂੰ ਸਾਰਿਆਂ ਨੂੰ ਦਿਖਾਉਂਦੇ ਹਾਂ। ਬਾਈ, ਹੋ ਜਾਏਗੇ? ਕਿੰਨਾ ਟਾਈਮ ਲੱਗੇਗਾ? ਹਾਂ, ਹੋ ਜਾਏਗਾ ਨਾ? ਠੀਕ। ਸੋ ਕਰਵਾਉਂਦੇ ਹਾਂ ਫਿੱਟ। ਕੁੜੀ ਬੜੀ ਸਹੀ ਲਈ ਯਾਰ, ਟੋਪ ਸ਼ਾਪ ਤੋਂ ਲੈ ਗਏ ਆ? ਉਹਦੇ ਵੱਲੋਂ ਸਹੀ ਲੱਭਦੇ ਆ ਨੀ? ਮੇਰੀ ਗੱਲ ਸੁਣਨਾ, ਇਸ ਤੋਂ ਬਾਅਦ ਜਾਣਾ ਆਪਾਂ ਰਿੰਗ ਰੋਡ, ਉਹੀ ਓ, ਠੀਕ ਆ? ਅਤੇ ਕਰਵਾਉਂਦੇ ਫਿੱਟ। ਸੁਣਾਓ ਗਾਇਸ, ਫਾਈਨਲੀ ਅਲੋਏ ਪੈ ਚੁੱਕੇ ਆ, ਚੈੱਕ ਕਰੋ। ਅਤੇ ਅਲੋਏ ਪੈ ਚੁੱਕੇ ਆ, ਉਹ ਗਏ ਅਤੇ ਇਹ ਆ ਗਏ, ਸਹੀ ਲੱਗ ਰਿਹਾ ਬਲੈਕ ਵਾਲੇ, ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਅੱਗੇ ਚੱਲਦੇ ਹਾਂ। ਕੁਛ ਤਾਂ ਖਰਾਬ ਲੱਗ ਰਿਹਾ ਅੱਗੇ ਪਿੱਛੇ ਦੋਨੋਂ ਚਲਾਉਣੇ ਵਿੱਚ, ਫੀਲਿੰਗ ਆ ਰਹੀ ਹੈ। ਹਾਂ, ਲਾਓ ਨਾ, ਫੀਲਿੰਗ ਅਲੱਗ ਹੀ ਆਉਂਦੀ ਹੈ। ਸੋ ਨਾਓ ਗਾਈਸ, ਸ਼ਾਸਤਰੀ ਨਗਰ ਆਏ ਸੀ ਟਾਇਰ ਵਾਲੀ ਦੁਕਾਨ ਉੱਪਰ, ਤਾਂ ਕਿ ਬਾਈਕ ਦਾ ਟਾਇਰ ਲੈ ਲਈਏ।
ਕੰਮ ਤਾਂ ਸਾਰਾ ਕਰਵਾ ਲਿਆ, ਗੰਦੀ ਵੀ ਕਾਫੀ ਹੋ ਗਈ ਕੱਲ੍ਹ, ਥੋੜ੍ਹਾ ਗਏ ਸੀ ਕਿਤੇ ਅਤੇ ਟਾਇਰ ਵਗੈਰਾ ਦੇਖਣ ਆਏ ਹਾਂ। ਸੋ ਇਹ ਵਾਲੀ ਹੈਗੀ ਸ਼ੋਪ ਭਈਆ, ਕਿਆ ਹਾਲ ਚਾਲ ਹੈ? ਠੀਕ ਹੋ ਭਈਆ? ਸਪਲੈਂਡਰ ਦਾ ਟਾਇਰ ਮਿਲ ਜਾਏਗਾ ਤੁਹਾਡੇ ਕੋਲ? ਕਿਹੜਾ ਕਿਹੜਾ ਡਿਜ਼ਾਈਨ ਭਈਆ? ਇਹ ਸਾਰੇ 100-18 ਕੀ ਰੇਟ ਮਿਲ ਜਾਏਗੀ ਭਈਆ? ਅੱਛਾ, 2800 ਤੱਕ ਹੈ, ਅਤੇ ਡਿਸਕਾਊਂਟ ਵਗੈਰਾ ਮਿਲ ਜਾਏਗੀ, ਲੈਸ ਵਗੈਰਾ ਹੋ ਜਾਂਦਾ? ਠੀਕ ਹੈ ਭਈਆ। ਭਈਆ ਕੋਈ ਕਾਰਡ ਵਗੈਰਾ ਆਪਣਾ ਦਿਖਾ ਦਿਓ ਨੰਬਰ ਲਈ। ਸੋ ਗਾਈਸ, ਇਹ ਹੈਗਾ ਨੰਬਰ, ਇਸਦੇ ਉੱਪਰ ਤੁਸੀਂ ਕੰਟੈਕਟ ਕਰਕੇ ਇਹਨਾਂ ਨੂੰ ਟਾਇਰ ਦੀ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ, ਡਿਟੇਲ ਜੋ ਵੀ ਲੈਣੀ ਹੈ, ਅਤੇ ਤੁਸੀਂ ਕੋਈ ਵੀ ਟਾਇਰ ਲੈਣਾ ਤੁਹਾਨੂੰ ਡਿਸਕਾਊਂਟ ਉੱਪਰ ਇੱਧਰ ਮਿਲ ਜਾਏਗਾ। ਲੋਕੇਸ਼ਨ ਹੈਗੀ ਹੈ ਸ਼ਾਸਤੀ ਨਗਰ, ਅਤੇ ਥੈਂਕ ਯੂ ਭਈਆ, ਕਾਰਡ ਭਈਆ ਰੱਖ ਲਓ, ਕੋਈ ਗੱਲ ਨਹੀਂ, ਠੀਕ ਹੈ, ਥੈਂਕ ਯੂ। ਓਏ ਟਾਇਰ ਨਿਕਲਵਾਇਆ? ਵਾਓ, ਟਾਇਰ ਸਾਈਜ਼ ਹੋਰ ਵੀ ਮਿਲ ਜਾਏਗਾ? ਸਾਈਜ਼ ਹੋਰ ਵੀ ਹੈ ਇਸਮੇ? ਯੇ ਕੌਨ ਸਾ ਸਾਈਜ਼ ਹੈ? 190-18। ਹਾਂ, 190-18। ਸੋ ਗਾਈਸ, ਟਾਇਰ ਇਹ ਵਾਲਾ ਮਿਲ ਗਿਆ, ਅਤੇ ਸੋ ਗਾਈਸ, ਭਈਆ ਬਹੁਤ ਵਧੀਆ ਨੇਚਰ ਦੇ ਸੀ, ਭਈਆ ਨੇ ਡਿਸਕਾਊਂਟ ਕਾਫੀ ਕਰ ਦਿੱਤਾ, ਅਤੇ ਟਾਇਰ ਚੈੱਕ ਕਰੋ। ਸੋ ਗਾਈਸ, ਫਾਈਨਲੀ ਆ ਚੁੱਕੇ ਹਾਂ ਘਰ, ਅਤੇ ਟਾਇਰ ਕਾਫੀ ਜ਼ਿਆਦਾ ਸਹੀ ਹੈ, ਜੋ ਚੀਜ਼ ਚਾਹੀਦੀ ਸੀ ਉਹੀ ਮਿਲੀ ਮੈਨੂੰ, ਕਾਫੀ ਵਧੀਆ ਗ੍ਰਿਪ ਵਾਲਾ ਟਾਇਰ ਹੈ, ਇਹ ਕਿਤੇ ਨਹੀਂ ਜਾਏਗਾ, 1.5-2 ਸਾਲ ਕਿਤੇ ਨਹੀਂ ਜਾਏਗਾ, ਟਾਇਰ ਸਭ ਤੋਂ ਬੈਸਟ ਹੈ। ਸੁਣਾਓ ਗਾਈਸ, ਬਰਨਆਊਟ ਕਾਫੀ ਵਧੀਆ ਮਾਰਿਆ, ਟਾਇਰ ਤਾਂ ਮੇਰੇ ਕੋਲੋਂ ਫਟਿਆ ਨਹੀਂ ਆ, ਅਤੇ ਵੈਸੇ ਵੀ ਹਨੇਰਾ ਪੈ ਗਿਆ, ਮੈਂ ਸੋਚਿਆ ਚਲੋ ਟਾਇਰ ਦੂਸਰਾ ਵਾਲਾ ਫਿੱਟ ਕਰਵਾ ਲੈਂਦੇ ਹਾਂ, ਟਾਇਰ ਤਾਂ ਫਟਿਆ ਨਹੀਂ ਯਾਰ, ਮੈਂ ਸੋਚਿਆ ਸੀ ਟਾਇਰ ਫਟ ਜਾਏਗਾ, ਟਿਊਬਲੈਸ ਟਾਇਰ ਹੈ ਨਾ, ਸ਼ਾਇਦ ਤਾਂ ਨਹੀਂ ਫਟਿਆ, ਹੈ ਨਾ, ਮੈਂ ਕੀ ਕਹਿ ਰਿਹਾ, ਟਿਊਬਲੈਸ ਟਾਇਰ ਤਾਂ ਨਹੀਂ ਫਟਿਆ, ਹੈ, ਤਾਂ ਨਹੀਂ ਫਟਿਆ ਟਾਇਰ। ਸਤਿ ਸ਼੍ਰੀ ਅਕਾਲ, ਬਾਈਕ ਉਹਦੀ ਉੱਥੇ ਖੜੀ, ਰੁਮਾਲ ਬਣਿਆ ਸੀ, ਹੋਰ ਗਏ ਜੰਮੂ। ਸੁਣਾਓ ਗਾਈਸ, ਟਾਇਰ ਫਿੱਟ ਕਰਵਾਉਣ ਆ ਗਏ ਹਾਂ, ਬਰਨਆਊਟ ਆਪਾਂ ਕਾਫੀ ਜ਼ਿਆਦਾ ਮਾਰ ਲਏ, ਟਾਇਰ ਚੈੱਕ ਕਰੋ, ਅਤੇ ਕਰਵਾਉਂਦੇ ਹਾਂ ਫਿੱਟ। Thank you.
ਗਾਇਸ ਟਾਇਰ ਪੈ ਚੁੱਕਿਆ ਅਤੇ ਬਾਈਕ ਦੀ ਲੁੱਕ ਚੈੱਕ ਕਰੋ, ਹੁਣ ਫਾਈਨਲ ਲੁੱਕ ਹੈ। ਓਕੇ ਹੋ ਗਈ ਪੂਰੀ ਅਤੇ ਗਾਇਸ ਹੋ ਗਿਆ ਬਾਈਕ ਦਾ ਕੰਮ ਸਾਰਾ। ਇਹ ਹੈਗਾ ਪੁਰਾਣਾ ਟਾਇਰ ਬਰਨਆਊਟ ਤੋਂ ਬਾਅਦ, ਬਚ ਗਿਆ ਅੱਜ, ਕੁਛ ਨਹੀਂ ਹੋਇਆ ਇਹਨੂੰ ਅਤੇ ਠੀਕ ਹੈ ਗਾਇਸ।